ਉਹਦਾ ਮੈਂ ਕੀ ਕਹਾਂ ਇਹਨਾਂ ਬਾਰੇ ਉਹਨੂੰ ਕੇਜਰੀਵਾਲ ਨੂੰ ਦੇਖ ਲੈ ਭੋਲੂ ਜਿਹਾ ਬਣ ਕੇ ਪੈ ਜੇ ਭੋਲੂ ਕਾਕਾ ਹਾਏ 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 ਓਏ ਕਮਾਲ ਹੀ ਕਰਦੀ ਮੈਨੂੰ ਇਹਨਾਂ ਨੇ ਆਮ ਆਦਮੀ ਪਾਰਟੀ ਵਾਲੇ ਦੇ ਤਿੰਨ ਬੰਦੇ ਨੇ ਕਿਹਾ ਸਿੱਧੂ ਸਾਹਿਬ ਤੋਂ ਬਚ ਕਿਵੇਂ ਆਇਆ ਤੂੰ ਕਹਿੰਦੇ ਭੋਲੀ ਜੀ ਸੂਟ ਬਣਾ ਕੇ ਉਹਨੂੰ ਹਲਾਲ ਕਰ ਦਿੰਦਾ ਐ ਮਿੱਠੇ ਮਿੱਠੇ ਵਹਿਰੇ ਕਰ ਦੂ ਫਿਰ ਮੁਕਰ ਜੂ ਦਿੱਲੀ ਚ ਕਹਿੰਦਾ ਸੀਗਾ ਡਰੱਗ ਦੂਰ ਕਰੂ ਦਿੱਲੀ ਚ ਕਹਿੰਦਾ ਸੀਗਾ ਚੀਫ ਮਿਨਿਸਟਰ ਨੂੰ ਅੰਦਰ ਦਊ ਇਹਦੇ ਬਸ ਬੋਲੀ ਸੂਰਤ ਦਿਲ ਕੇ ਖੋਟੇ ਨਾਮ ਬੜੇ ਔਰ ਦਰਸ਼ਨ ਛੋਟੇ ਛੋਟੇ ਪਾਣਾ ਜਦੋਂ ਪਹਿਲੀ ਵਾਰ ਮੈਂ ਗਿਆ ਮੈਂ ਕਿਹਾ ਕੇਜਰੀਵਾਲ ਸਾਹਿਬ ਸਭ ਕੁਛ ਛੱਡ ਕੇ ਆਇਆ ਮੈਂ ਤੇ ਪੰਜਾਬ ਵਾਸਤੇ ਰਾਜ ਸਭਾ ਛੱਡ ਕੇ ਆਇਆ ਮੈਨੂੰ ਕਹਿੰਦੇ ਸੀ ਕੁਰਕਸ਼ੇਤਰੋਂ ਲਾਲਾ ਮੰਤਰੀ ਬਣੇਗਾ ਮੈਨੂੰ ਕਹਿੰਦੇ ਸੀ ਵੈਸਟ ਦਿੱਲੀਓਂ ਲਾਲਾ ਮੰਤਰੀ ਬਣੇਗਾ ਮੈਂ ਇਹਨਾਂ ਨੂੰ ਕਿਹਾ ਮੈਂ ਸਾਰੀ ਕਾਇਨਾਤ ਵਾਰ ਸਕਦਾ ਪਰ ਮੈਂ ਗੁਰੂ ਘਰ ਨਹੀਂ ਛੱਡ ਸਕਦਾ ਮੈਂ ਗੁਰੂ ਘਰ ਦਾ ਨੌਕਰਾਂ ਮੈਂ ਗੁਰੂ ਘਰ ਦਾ ਕਿਆ ਕਰਾਂ ਮੈਂ ਆਪਣੇ ਵਚਨ ਨਿਭਾਊਂਗਾ ਮੈਂ ਆਪਣੇ ਵਚਨਾਂ ਤੇ ਖੜੂੰਗਾ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਲੱਗਾ ਸੀ ਕਿਸੇ ਨੇ ਪੁੱਛਿਆ ਗੁਰੂ ਸਾਹਿਬ ਬੰਦਾ ਚੰਗਾ ਤੇ ਜਨਾਨੀ ਕਿਹੜੀ ਚੰਗੀ ਹੁਣ ਕਿਹੋ ਜਿਹਾ 8 ਫੁੱਟ ਦਾ ਕੱਦ ਹੋਵੇ ਮਾਰੇ ਸੁਣ ਬੰਦਾ ਹੀ ਧਰਤੀ ਚ ਕੱਢ ਦੇ ਬੰਦਾ ਉਹੀ ਚੰਗਾ ਦੋਏ ਫੜਦੇ ਹੋਣ ਕੋਈ ਕਹੇ ਜੀ ਜਨਾਨੀ ਉਹ ਚੰਗੀ ਜਿਹਦੀਆਂ ਅੱਖਾਂ ਬਿੱਲਾਂ ਦੀ ਗੱਲ ਮੂੰਹ ਖੁੱਲੇ ਦਾ ਖੁੱਲਾ ਰਹਿ ਗਿਆ ਹੈ ਤੇਰੇ ਸ਼ੇਰਾ ਤੇ ਗੁਰੂ ਸਾਹਿਬ ਨੇ ਜਵਾਬ ਦਿੱਤਾ ਗੱਲ ਸੁਣੋ ਓਏ ਬੰਦਾ ਉਹ ਚੰਗਾ ਜਿਹੜਾ ਫਸਲਾਂ ਦਾ ਪੱਕਾ ਤੇ ਜਨਾਨੀ ਉਹ ਚੰਗੀ ਜਿਹਦੀਆਂ ਅੱਖਾਂ ਦੇ ਵਿੱਚ ਸ਼ਰਮ ਤੇ ਹਯਾ ਹਰ ਵਚਨ ਤੋਂ ਉਤਰ ਗਏ ਕੇਜਰੀਵਾਲ ਸਾਹਿਬ ਤੁਹਾਡੇ ਕੋਲ ਆਇਆ ਕੀ ਰੋਲ ਹੈ ਮੇਰਾ ਅੱਗੇ ਤੂੰ ਬੋਲ ਬੋਲ ਕੇ ਚਲਾ ਜੀ ਤੇਰੀ ਘਰ ਵਾਲੀ ਨੂੰ ਇਲੈਕਸ਼ਨ ਲੜਾ ਦੇਣਗੇ ਬਾਹਰ ਤੇਰੇ ਮਿੱਤਰਾ ਜਦੋਂ ਵੇਖਿਆ 3 ਮਹੀਨੇ ਬੀਤ ਗਏ ਤੇ ਸਿੱਧੂ ਚੱਲਿਆ ਕਾਂਗਰਸ ਚ ਤੇ ਫਿਰ ਧਰਕੂ 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 ਹੈ ਹਾਏ ਓਏ ਹਾਏ ਤੇ ਚੱਲਦਾ ਜਦੋਂ ਹੈ ਬੁਲਟ ਟ੍ਰੇਨ ਵਾਂਗੂ ਫਿਰ ਕਹਿੰਦਾ ਡਿਪਟੀ ਬਣ ਜਾਓ ਸਿੱਧੂ ਸਾਹਿਬ ਡਿਪਟੀ ਚੀਫ ਮਿਨਿਸਟਰ ਬਣ ਜਾਓ ਅਸੀਂ ਬਣਾ ਦਿਆਂਗੇ ਤੇ ਮੈਂ ਮੁੱਖ ਮੰਤਰੀ ਮੈਂ ਕਿਹਾ ਵਾਹ ਤੇਰੇ ਤੂੰ ਕਹਿੰਦਾ ਡਿਪਟੀ ਬਣ ਜਾਓ ਅਨਾਊਂਸ ਤੇ ਕਰ ਮੈਂ ਕਿਹਾ ਮੈਂ ਪਹਿਲੀ ਵਾਰ ਦੇਖਿਆ ਕਿ ਕਿਸੇ ਨੇ ਡਿਪਟੀ ਅਨਾਊਂਸ ਕਰਤਾ ਤੇ ਮੁੱਖ ਮੰਤਰੀ ਗਾਇਬ ਹੈ ਉਹ ਧਰਤਾ ਦੇਤਾ ਸਿਰ ਕਿੱਥੇ ਆ ਓਏ ਦੱਸ ਦੇ ਸਹੀ ਹੈ ਤੇ ਤੂੰ ਪਕਾਈ ਜਾਂਦਾ ਝੂਠੇ ਵਹਿਦਿਆਂ ਨੂੰ ਗੇਹੂੰ ਖੇਤ ਚ ਮੁੰਡਾ ਪੇਟ ਚ ਆ ਜਵਾਈਆਂ ਮੁੰਡੇ ਖਾ ਠੋਕੋ ਠੋਕੋ ਤਾਲਾ ਠੋਕੋ ਹਰ ਚੀਜ਼ ਚ ਮੁਕਰੂ ਹਰ ਚੀਜ਼ ਚ ਮੁਕਰੂ ਇਹ ਕੋਈ ਵਾਅਦਾ ਮੈਂ ਪੂਰਾ ਨਹੀਂ ਕਰਨਾ ਕਾਲੇ ਅੰਗਰੇਜ਼ ਨੇ ਕਾਲੇ ਅੰਗਰੇਜ਼ ਜਿਵੇਂ ਅੰਗਰੇਜ਼ਾਂ ਨੇ ਈਸਟ ਇੰਡੀਆ ਕੰਪਨੀ ਬਣਾ ਕੇ 2000 ਬੰਦਿਆਂ ਨੇ 2 ਕਰੋੜ ਪੰਜਾਬੀ ਨਚਾਏ ਸੀ ਇਹ ਵੀ ਉਵੇਂ ਆਇਆ 50 ਬੰਦੇ ਬੁਲਾ ਕੇ ਪੰਜਾਬੀਆਂ ਨੂੰ ਕਠਪੁਤਲੀਆਂ ਵਾਂਗ ਨਚਾਉਣਾ ਚਾਹੁੰਦੇ ਆ ਪੰਜਾਬੀਆਂ ਨੂੰ ਉਹਨਾਂ ਦੀ ਗੈਰਤ ਮਾਰਨਾ ਚਾਹੁੰਦੇ ਆ ਕਿ ਕੋਈ ਗੈਰਤਮੰਦ ਪੰਜਾਬੀ ਨਹੀਂ ਜਿਹੜਾ ਪੰਜਾਬ ਦਾ ਚੀਫ ਮਿਨਿਸਟਰ ਬਣੂਗਾ ਇਸ ਧਰਤੀ ਦੇ ਉੱਤੇ ਕਿ ਸੂਰਮੇ ਮੁੱਕ ਗਏ ਕਿ ਸਰਦਾਰ ਮੁੱਕ ਗਏ ਮਿੱਤਰੋ ਲੋਹਾ ਟਪਦਾ ਹੈ ਪਿਘਲਦਾ ਹੈ ਸੁੱਕਦਾ ਹੈ ਫੇਰ ਜਾ ਕੇ 2 ਤਾਲੀ ਤਲਵਾਰ ਬਣਦਾ ਹੈ ਸੋਨਾ ਖਾਣ ਤੇ ਸੁਨਿਆਰ ਦੀ ਮਾਰ ਪਿੱਛੋ ਕਿਸੇ ਹੀਰ ਦੇ ਗਲੇ ਦਾ ਹਾਰ ਬਣਦਾ ਹੈ ਲੱਖ ਅੱਖਰਾਂ ਅੰਨੀਆਂ ਤੂਫਾਨ ਚੇਲ ਗਏ ਪਰ ਸਿੰਘ ਸੂਰਮਾ ਸਰਦਾਰ ਬਣਦਾ ਚੱਕ ਨੂੰ ਫੱਟੇ ਨੱਪ ਨੂੰ ਕਿੱਲੀ ਸਵੇਰੇ ਜਲੰਧਰ ਸ਼ਾਮ ਨੂੰ ਦਿੱਲੀ ਠੁੱਕ ਉਤਾਰਾ ਇਨਕਲਾਬ ਹੈ ਮਿੱਤਰ ਪਿਆਰਾ ਬਾਰਾ ਬਾਰਾ ਪਹਾੜਾ ਪਹਾੜਾ ਰੈਲੀ ਕਾਹਦੀ ਰੱਖੀ ਹੈ ਰੈਲਾ ਰੈਲਾ ਉਹਨਾਂ ਰੋਕੋ ਠੋਕੋ ਠੋਕੋ ਆ ਪਰੇ ਖਾਤੇ ਸਿੱਧੂ ਕੀ ਕਹਿੰਦਾ ਤੇ ਤੈਨੂੰ ਕੀ ਕਹਿੰਦਾ ਕੁੜੀ ਦੀਆਂ ਪੱਤਿਆ ਓਏ ਸਖਤ ਤੋਂ ਸਖਤ ਕਾਨੂੰਨ ਬਣਾਓ ਸਖਤ ਤੋਂ ਸਖਤ ਕਾਨੂੰਨ ਬਣਾਓ
ਜਿਹੜਾ ਚਿੱਟੇ ਵਾਲੇ ਨੂੰ ਲੱਭਣ ਨਾ ਦੇਖਿਓ, ਜੇ ਚਿੱਟਾ ਵੇਚਦਾ ਨਾ ਕੋਈ ਸਿੰਗਾਪੁਰ ਦੇ ਵਿੱਚ ਤੇ 25 ਸਾਲਾਂ ਦੀ ਕੈਦ ਹੈ, ਤੇ ਜੇ ਦੁਬਈ ਦੇ ਵਿੱਚ ਕਰਦਾ ਨਾ ਤੇ ਹੱਥ ਫੜ ਕੇ ਉਹ ਮਾਰਦੇ ਚੱਕ ਕੇ, ਜਦ ਤੱਕ ਦਰੋਣਾ ਤੰਗੋਂਗੇ ਨੂੰ ਤਦ ਤੱਕ ਕਾਂ ਆਉਂਦੇ ਰਹਿਣੇ ਆ, ਕਾਂ ਆਉਂਦੇ ਰਹਿਣੇ ਆ, ਤੇ ਤੁਹਾਡੀ ਵੋਟ ਨੇ ਅੱਗ ਬੁਝਾਉਣ ਵਾਲਾ ਕੰਮ ਕਰਨਾ। ਨਿਊਜ਼ ਡੈਸਕ ਤੋਂ ਰਜੀਵ ਸ਼ਰਮਾ ਦੇ ਨਾਲ ਗੁਰਦਾਸਪੁਰ ਤੋਂ ਰਾਜਿੰਦਰ ਕੁਮਾਰ ਦੀ ਰਿਪੋਰਟ, ਪੰਜਾਬ ਨਾਓ।